ਸਰਹੱਦੀ ਪਿੰਡ ਕਾਲੀਆ ਵਿਖੇ ਘਰ ਦੇ ਪਿਛਲੇ ਪਾਸੇ ਬਣੇ ਪਾਰਕ ਦੇ ਵਿੱਚੋਂ ਮਿੱਟੀ ਲੈ ਕੇ ਕੰਧ ਦੇ ਨਾਲ ਲਗਾਉਣੀ ਇੱਕ ਵਿਅਕਤੀ ਨੂੰ ਕਾਫੀ ਮਹਿੰਗੀ ਪੈ ਗਈ ਹੈ। ਦਰਅਸਲ ਪਾਰਕ ਦੇ ਮਾਲਕ ਨੇ ਸ਼ਰਿਆਮ ਗਲੀ ਦੇ ਵਿੱਚ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਵਿਅਕਤੀ ਦੀ ਕੰਧ ਦੇ ਵਿੱਚ ਪਾਣੀ ਪੈ ਰਿਹਾ ਸੀ, ਉਸਦੇ ਵੱਲੋਂ ਮਿੱਟੀ ਲੈ ਕੇ ਨੀਂਹ ਦੇ ਵਿੱਚ ਪਾਈ ਜਾ ਰਹੀ ਸੀ, ਜਿਸ ਦੇ ਚੱਲਦਿਆਂ ਗੁੱਸੇ ਦੇ ਵਿੱਚ ਆਏ ਵਿਅਕਤੀ ਨੇ ਗਲੀ ਦੇ ਵਿੱਚ ਸ਼ਰਿਆਮ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਦੀ ਪਛਾਣ ਕੇਵਲ ਦਾਸ ਪੁੱਤਰ ਨਰਾਇਣ ਦਾਸ ਦੇ ਰੂਪ ਦੇ ਵਿੱਚ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਥਾਣਾ ਵਲਟੋਹਾ ਦੀ ਪੁਲਿਸ ਅਤੇ DSP ਭਿੱਖੀਵਿੰਡ ਮੌਕੇ 'ਤੇ ਪਹੁੰਚੇ ਨੇ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਇਸ ਸੰਬੰਧ ਦੇ ਵਿੱਚ 3 ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ। ਕੀ ਨਾਮ ਹੈ ਤੁਹਾਡਾ? ਫਿਰ ਕਰਦੀ ਮੇਰਾ ਨਾਮ ਰਾਮਲਖੀ। ਜਿਹੜਾ ਝਗੜਾ ਆਇਆ ਵਾ ਕਿਸ ਕਾਰਨ ਝਗੜਾ ਆਇਆ ਜੀ? ਕਿ ਮਿੱਟੀ ਦੀ ਖਾਤਰ ਕੋਠਿਆਂ ਨੇ ਕਰਤਾ। ਤੁਸੀਂ ਆਪਣੀ ਮਿੱਟੀ ਪਾਉਣ ਆਪਣੇ ਆਪਣੇ ਨੀਮ ਅਗਰ ਮਿੱਟੀ ਪਾ ਰਹੇ ਸੀ? ਹਾਂ, ਮਿੱਟੀ ਪਾਉਂਦੇ। ਜਿਹਦਾ ਕਤਲ ਹੋਇਆ ਕੀ ਲੱਗਦਾ ਤੁਹਾਡਾ ਜੀ? ਉਹ ਕੇਵਲ ਸਿੰਘ ਜੇਠ। ਕਿੰਨੀ ਉਮਰ ਸੀ ਉਹਦੀ ਜੀ? ਉਹਦੀ ਉਮਰ 50 ਸਾਲ ਦੀ। ਕਿੰਨੀਆਂ ਗੋਲੀਆਂ ਮਾਰੀਆਂ ਜੀ ਉਹਦੇ? 6 ਗੋਲੀਆਂ। ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਕੀ ਨਾਮ ਉਹਨਾਂ ਦਾ ਜੀ? ਜਸਕਰਨ ਸਿੰਘ। ਕਿਹੜੇ ਪਿੰਡ ਦਾ ਵਾਸੀ ਹੈ ਜੀ? ਕਾਲੀਏ। ਹੁਣ ਪੁਲਿਸ ਆਈ ਹੈ, ਪ੍ਰਸ਼ਾਸਨ ਤੋਂ ਕੀ ਚਾਹੁੰਦੇ ਤੁਸੀਂ, ਕੀ ਮੰਗ ਕਰਦੇ? ਇਨਸਾਫ ਚਾਹੁੰਦੇ ਕਾਰਨ ਇਨਸਾਫ ਹੈ, ਗਰੀਬ ਲੋਕ ਹੈਗੇ, ਇਨਸਾਫ ਚਾਹੀਦਾ। ਜਿਹੜਾ ਕਤਲ ਹੋਇਆ ਅਕਾਲੀ ਸਕੱਤਰੇ, ਇਹ ਕੀ ਮਾਮਲਾ ਸਾਹਮਣੇ ਆਇਆ ਜੀ? ਇਹ ਕ੍ਰਿਸ਼ਨ ਕੁਮਾਰ ਹੈ, ਇੱਕ ਨੋਰਮਲ ਜਿਹਾ ਵਿਅਕਤੀ ਹੈ। ਇਹਦਾ ਮਕਾਨ ਜਿਹੜਾ ਵਾ ਉਹ ਜਸਕਰਨ ਸਿੰਘ ਹੈਗਾ ਇੱਥੋਂ ਦਾ, ਕਾਲੀਏ ਦਾ। ਉਹ ਪਿਛਲੇ ਪਾਸੇ ਉਹਦਾ ਮਕਾਨ ਸੀ, ਉਹਨੇ ਇਹਨਾਂ ਦੇ ਮਕਾਨ ਦੇ ਪਿਛਲੇ ਪਾਸੇ ਇੱਕ ਜਿੱਦਾਂ ਆਪਣੇ ਪਾਰਕ ਬਣਾਇਆ ਹੋਇਆ ਹੈ। ਅਤੇ ਉਹਨੂੰ ਗਰੀਬ ਆਦਮੀ ਸੀ, ਮੀਂਹ ਬਰਸਾਤ ਦਾ ਮੌਸਮ ਆ, ਅਤੇ ਉਹਨੇ ਕਈ ਨਾਲ ਥੋੜ੍ਹੀ ਥੋੜ੍ਹੀ ਮਿੱਟੀ ਲਾ ਲਈ। ਇਸੇ ਰੰਜਸ ਦੇ ਵਿੱਚ ਉਹਨੇ ਆ ਕੇ ਆਪਣੇ ਜਿਹੜਾ ਲਸੰਸੀ ਪਿਸਟਲ ਆ ਉਹਦੇ ਨਾਲ 6 ਗੋਲੀਆਂ ਇਹਦੇ 'ਤੇ ਫਾਇਰ ਕੀਤੀਆਂ। ਇੱਕ ਗੋਲੀ ਉਹਦੀ ਜਿਹੜੀ ਆ ਹਾਰਟ ਵਾਲੇ ਪਾਸੇ ਲੱਗੀ ਆ ਅਤੇ ਉਹਦੀ ਮੌਤ ਹੋ ਗਈ ਆ। ਇਹਨਾਂ ਦੇ ਮਦਈਆਂ ਦੀ ਜਿਹੜੀ ਅਸੀਂ ਸਟੇਟਮੈਂਟ ਰਿਕਾਰਡ ਕਰ ਲਈ ਆ ਅਤੇ FIR ਦਰਜ ਕਰ ਰਹੇ ਹਾਂ, ਅਤੇ ਇਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਊਗਾ, ਕੌਜ਼ ਆਫ ਡੈਥ ਪਤਾ ਕੀਤਾ ਜਾਊਗਾ, ਅਤੇ ਕਤਲ ਦਾ ਜਿਹੜਾ ਮੁਕੱਦਮਾ ਉਹ ਦਰਜ ਕੀਤਾ ਜਾ ਰਿਹਾ। ਸਰ, ਕਿੰਨੇ ਵਿਅਕਤੀਆਂ ਦੇ ਕੀਤਾ ਜਾ ਰਿਹਾ? ਇਹ ਇੱਕ ਇਹਨਾਂ ਨੇ ਇਹਨੂੰ ਲਿਖਾਇਆ ਵਾ, ਇਹਦਾ ਜਿਹੜਾ ਜਸਕਰਨ ਸਿੰਘ ਆ ਜਿਹਨੇ ਗੋਲੀ ਚਲਾਈ ਆ, ਅਤੇ ਦੂਜੀ ਇਹਨਾਂ ਦੀ ਮਾਂ ਅਤੇ ਜਿਹੜੀ ਘਰ ਵਾਲੀ ਆ ਜਿਨ੍ਹਾਂ ਨੇ ਇਹਨੂੰ ਧਮਕਿਆ ਧੁਮਕਿਆ ਨੇ।